ਅਤੇ ਕਾ ਦੂਸਰ ਤੇ ਉੱਡੇ ਆ ਅਤੇ ਮਾਸ਼ਾਅੱਲਾ ਕਾਫੀ ਕੁੱਡ ਖਾ ਲਈ ਇਹਨਾਂ ਨੇ। ਆਹ ਨਜ਼ਰ ਆਉਣ ਡਿਆ ਹੋਣਾ ਤੁਹਾਨੂੰ, ਦੇਖੋ ਜ਼ਰਾ। ਆ ਵਾ ਜੀ ਉਸਤਾਦ ਰਜ਼ਾਕ ਦਾ ਮੁੰਡਾ ਨਬੀ, ਕੀ ਨਾਮ ਤੁਹਾਡਾ ਜੀ? ਅਦੀਲ ਸਾਹਿਬ। ਉਸਤਾਦ ਜੀ ਗੁੱਜਰ ਸਾਹਿਬ ਕੋਈ ਬਾਜ਼ੀਆਂ ਕਿਸੇ ਦੀਆਂ ਪਿੰਡ 'ਤੇ ਲੱਗ ਗਈਆਂ ਫਿਰ ਅਗਲੇ ਸੀਜ਼ਨ ਦੀਆਂ? ਲੱਗੀਆਂ ਸਿਆਵਲ, ਸਿਆਵਲ ਦੀਆਂ ਅਤੇ ਉਹਦੀਆਂ ਕਿਹਦੀਆਂ? ਨਵਾਜੀ ਦੀਆਂ, ਅਗਲੇ ਸਾਲ ਉੱਡੂ ਗਈਆਂ। ਅਤੇ ਅੱਛਾ ਰਿਸਪੋਂਸ ਦੋ ਹੋਣਗੇ ਤੋ ਤੁਸੀਂ ਕਿਹਦੇ ਨਾਲ, ਤੁਹਾਡੀ ਸਪੋਰਟ ਕਿਹਦੇ ਨਾਲ ਆ? ਉੱਚਾ ਥੋੜ੍ਹਾ ਜਿਹਾ ਬੋਲੋ। ਨਵਾਜੀ ਦੇ ਨਾਲ, ਨਵਾਜੀ ਨਾਲ ਆ ਪੱਕਾ ਪੱਕੀ? ਤਾਂ ਤੁਹਾਡਾ ਚੀਨਾ ਉੱਡ ਰਿਹਾ ਵਾ ਅਤੇ ਮੇਰਾ ਖਿਆਲ ਉਹ ਪਹਿਲਾਂ ਨਹੀਂ, ਇਹ ਦੂਸਰਾ ਲੱਗਦਾ ਕਬੂਤਰ। ਇਹ ਦੂਸਰਾ ਵਾ? ਅੱਛਾ ਇਹ ਦੂਸਰਾ ਚੀਨਾ ਵਾ, ਉਹਦਾ ਭਰਾ ਹੀ ਆ। ਸਹੀ, ਵੈਸੇ ਕੁੱਟ ਦੂਸਰ 'ਤੇ ਉੱਡਿਆ ਅਤੇ ਕੁੱਟ ਮਜ਼ੀਦ ਬਹੁਤ ਹੀ ਖਾ ਗਿਆ ਹੈ ਨਾ, ਕੀ ਸਮਝੇ? ਆਹ ਜਨਾਬ ਚਿੜੀ ਮਾਰ ਮੁੰਡਾ ਵਾ, ਬਹੁਤ ਹੀ ਕਬੂਤਰ ਲੋਕਾਂ ਦੇ ਫੜਦਾ, 3-4-5 ਡੇਲੀ ਦੇ, ਅਤੇ ਸਾਰੀ ਦਿਹਾੜੀ ਕੰਮ ਕੀ ਕਬੂਤਰ ਹੀ ਫੜਦਾ ਰਹਿੰਦਾ। ਉਹ ਸ਼ਿਕਾਰੀ ਬੰਦਾ ਐਨ ਮੂੰਹ ਕਰਦਾ ਸਿੱਧਾ ਤਰੀਕੇ ਨਾਲ। ਪੈਪਸੀ ਪੀ ਕੇ ਹੇਠੇ ਆ? ਸਹੀ ਆ। ਲੋ ਜਨਾਬ ਆ ਆਂਡਿਆ ਕਬੂਤਰ ਨੇ, ਜਿੰਨੀ 11 ਵਜੇ ਦੀ ਕੁੱਟ ਖਾਣ ਡਿਆ। ਆਹ ਦੇਖ ਲਓ, ਇੱਦਾਂ ਦੀ ਨਸਲ ਹੋਣੀ ਚਾਹੀਦੀ ਹੈ ਜਨਾਬ। ਅਤੇ ਮਜ਼ੀਦ ਇਹਨੂੰ ਵੀ ਪੁੱਛ ਲਓ, ਇਹ ਉਸਤਾਦ ਹੋਣੀ ਕਿਹਨੂੰ ਜਿਤਾਉਣ ਦੇ? ਤੁਸੀਂ ਕਿਹਨੂੰ ਜਿਤਾਉਣ ਡੇ ਜਨਾਬ? ਰੋਡੂ ਜਿਤਾਉਣ ਨੇ। ਬਹੁਤ ਅੱਛੀ ਯਾਰ ਪਰਵਾਜ਼ ਦੇ ਦਿੱਤੀ ਵੈਸੇ ਕਬੂਤਰ ਨੇ, ਆਣ ਡੇ ਜਨਾਬ। ਲੋ ਜਨਾਬ, ਇਹਨਾਂ ਨੂੰ ਚਾਹੀਦਾ ਤਾਂ ਹੈ ਵੈਸੇ ਲਾਲਣ, ਲੇਕਿਨ ਲਾਹ ਨਹੀਂ ਡੇ। ਕਬੂਤਰ ਦਾ ਫੁੱਲ ਜ਼ੋਰ ਮਾਰ ਗਿਆ, ਥੱਕ ਗਿਆ ਕਬੂਤਰ। ਲੈ ਜਨਾਬ, ਲੱਗਦਾ ਇਹਨਾਂ ਨੇ ਕਬੂਤਰ ਲਾ ਲਿਆ। ਲੋ ਜੀ, ਲੱਗਦਾ ਕਬੂਤਰ ਲਾ ਲੈਣਾ ਇਹਨਾਂ ਨੇ। ਉਹ ਤੈਨੂੰ ਉਹਨੇ ਪੈਸੇ ਦੇਣੇ ਆ? ਹਾਂ ਹਾਂ। ਬੜੀ ਉੱਡ ਕਰਤੀ ਕਬੂਤਰ ਨੇ। ਇੰਨੀ ਕੁੱਟ ਖਾ ਲਈ ਕਬੂਤਰ ਨੇ।